ਸੀਜ਼ਨ 5 ਦੇ ਮੱਚਦੇ ਜੋ ਕਿ ਮੁਟਿਆਰਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦਾ। ਇੱਥੇ ਬਹੁਤ ਸਾਰੇ ਕੰਟੈਸਟੈਂਟ ਆਏ ਹੋਏ ਨੇ, ਬਹੁਤ ਸਾਰੀ ਮੁਟਿਆਰਾਂ ਆਪਣੇ ਸੁਪਨੇ ਲੈ ਕੇ ਆਈਆਂ ਹੋਈਆਂ ਨੇ, ਅਤੇ ਹੁਣ ਆਪਾਂ ਉਹਨਾਂ ਕੋਲ ਜਾ ਕੇ ਗੱਲ ਕਰਾਂਗੇ ਅਤੇ ਪੁੱਛਾਂਗੇ ਉਹਨਾਂ ਦੇ ਐਕਸਾਈਟਮੈਂਟ ਲੈਵਲ ਕਿਸ ਹੱਦ ਤੱਕ ਹੈ। ਚਲੋ ਚੱਲਦੇ ਹਾਂ ਅਤੇ ਗੱਲ ਕਰਦੇ ਹਾਂ। ਓਕੇ, ਕੀ ਤਿਆਰੀਆਂ ਕਰਕੇ ਬੋਲੀਆਂ ਪਾ ਲੈਂਦੇ? ਹਾਂਜੀ, ਬੋਲੀ ਪਾ ਕੇ ਸੁਣਾ। ਇੱਧਰ ਕੜਕਾ ਉੱਧਰ ਅੱਖਾਂ ਵਿੱਚ ਕੜਕਾ ਦੇ ਕੋਈ ਸਾਜੀ ਮੇਰੀ ਪ੍ਰੋਪਰ ਤਰੀਕੇ ਨਾਲ ਪਾ ਕੇ ਸੁਣਾ। ਪਹਿਲਾਂ ਘਰ ਵਿੱਚ ਕੌਣ ਕੌਣ ਆਇਆ ਅੱਜ? ਨਾ ਮੇਰੇ ਹਸਬੈਂਡ, ਮੇਰੇ ਦੋ ਬੇਟੇ, ਮੇਰੇ ਤੋਂ ਬੇਟੀਆਂ। ਇਹ ਤੁਹਾਨੂੰ ਬਿਲਕੁਲ ਨਹੀਂ ਲੱਗਦਾ? ਥੈਂਕ ਯੂ ਮੈਮ। ਅੱਜ ਬੈਸਟ ਆਫ ਲੱਕ ਤੁਹਾਨੂੰ ਇਹਦੇ ਲਈ। ਥੈਂਕ ਯੂ ਮੈਮ, ਥੈਂਕ ਯੂ। ਡਰ ਤਾਂ ਨਹੀਂ ਆ, ਹਲਕੀ ਜਿਹੀ ਨਰਵਸ ਆ। ਓਕੇ, ਸੋ ਪੂਰੀ ਤਿਆਰੀ ਹੈ? ਹਾਂਜੀ। ਤੁਸੀਂ ਗਾਣੇ ਗਾ ਰਹੇ? ਹਾਂਜੀ। ਓਕੇ, ਤੁਸੀਂ ਗਾਣਾ ਗਾ ਕੇ ਸੁਣਾ। ਪਾਰਟੀਸਪੇਟ ਕਰਨਗੀਆਂ ਅਤੇ ਆਪਣੇ ਜਲਵੇ ਬਿਖੇਰ ਕੇ ਇਸ ਮੰਚ ਨੂੰ ਹੋਰ ਖੂਬਸੂਰਤ ਬਣਾ ਦੇਣਗੀਆਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਕੀ? ਮੇਰਾ ਨਾਮ ਰਾਜਵਿੰਦਰ ਕੌਰ। ਤੁਸੀਂ ਅੱਜ ਇੱਥੇ ਪਾਰਟੀਸਪੇਟ ਕਰਨ ਲਈ ਪਹੁੰਚੇ ਹੋ? ਬਿਲਕੁਲ। ਕੀ ਸੁਪਨੇ ਲੈ ਕੇ ਅੱਜ ਇੱਥੇ ਆਏ ਹੋ? ਸੁਪਨੇ ਤਾਂ ਦੇਖੋ ਜੀ ਬਹੁਤ ਨੇ, ਕਿ ਆਪਣਾ ਬੈਸਟ ਦੇਈਏ ਇੱਥੇ ਆ ਕੇ, ਕੁਛ ਨਾ ਕੁਛ ਫੁੱਲ ਆਪਾਂ ਲੈ ਕੇ ਜਾਈਏ। ਪਰ ਸਪੋਜ਼ ਕਿ ਅਗਰ ਤੁਸੀਂ ਅੱਜ ਕੰਪੀਟੀਸ਼ਨ ਜਿੱਤ ਜਾਂਦੇ ਹੋ ਜਾਂ ਫਿਰ ਤੁਹਾਡੇ ਸਿਰ 'ਤੇ ਮਿਸਿਸ ਜਲੰਧਰ ਦਾ ਕਿਤਾਬ ਸੱਜ ਜਾਂਦਾ ਹੈ, ਤਾਂ ਉਸ ਤੋਂ ਬਾਅਦ ਤੁਹਾਡੇ ਅੱਗੇ ਕੀ ਰਾਹ ਹੈ? ਮੈਂ ਹੋਰ ਮਿਹਨਤ ਕਰਾਂਗੀ, ਬਹੁਤ ਜ਼ਿਆਦਾ ਮਿਹਨਤ ਕਰਾਂਗੀ ਤਾਂ ਜੋ ਮੈਂ ਅੱਗੇ ਇਸ ਲਾਈਨ ਦੇ ਵਿੱਚ ਅੱਗੇ ਜਾ ਸਕਾਂ। ਇਹ ਮੇਰਾ ਡ੍ਰੀਮ ਹੈ, ਮੈਂ ਸਿੱਖਿਆ ਕੁਛ ਨਹੀਂ ਹੈਗਾ, ਬਾਏ ਗੋਡ ਹੀ ਹੈ ਜੋ ਵੀ ਹੈਗਾ ਮੈਨੂੰ ਆਉਂਦਾ, ਅਤੇ ਮੈਂ ਚਾਹਵਾਂਗੀ ਕਿ ਮੈਂ ਹੋਰ ਮਿਹਨਤ ਕਰਾਂ ਅਤੇ ਮੈਂ ਅੱਗੇ ਜਾਵਾਂ। ਜਿੱਦਾਂ ਕਿ ਵਿਆਹ ਤੋਂ ਬਾਅਦ ਹਮੇਸ਼ਾ ਹਰ ਇੱਕ ਔਰਤ ਦੇ ਸੁਪਨੇ ਜੋ ਹੈ ਮਰ ਜਾਂਦੇ ਨੇ, ਸੋ ਕਦੇ ਵੀ ਸਾਨੂੰ ਮੌਕਾ ਨਹੀਂ ਮਿਲਦਾ, ਪਰ ਆਪਾਂ ਕਿਤੇ ਨਾ ਕਿਤੇ ਉਹਨਾਂ ਸੁਪਨਿਆਂ ਨੂੰ ਆਪਣੇ ਅੰਦਰ ਜਗਾ ਕੇ ਰੱਖਦੇ ਹਾਂ ਅਤੇ ਅੱਜ ਇਸ ਮੰਚ 'ਤੇ ਸਾਨੂੰ ਮੌਕਾ ਮਿਲਿਆ। ਸੋ ਤੁਸੀਂ ਪੂਰੇ ਐਕਸਾਈਟਡ ਹੋ? ਬਿਲਕੁਲ ਜੀ, ਬਿਲਕੁਲ ਪੂਰੀ ਐਕਸਾਈਟਡ, ਆਪਣਾ ਦੀ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗੇ, ਬਾਕੀ ਜੱਜਿਸ ਅਤੇ ਵਾਹਿਗੁਰੂ ਜੀ ਦੇ ਹੱਥ ਹੈ, ਜਿੱਦਾਂ ਉਹ ਕਰਨਗੇ ਉਹ ਮਨਜ਼ੂਰ ਹੋ। ਓਕੇ ਮੈਮ, ਥੈਂਕ ਯੂ ਸੋ ਮਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਨਾਮ ਪਰਮਵੀਰ ਕੌਰ। ਓਕੇ ਪਰਮਵੀਰ ਕੌਰ, ਅੱਜ ਤੁਸੀਂ ਇੱਥੇ ਪਾਰਟੀਸਪੇਟ ਕਰਨ ਪਹੁੰਚੇ ਹੋ ਅਤੇ ਕਿੰਨੀ ਕੁ ਐਕਸਾਈਟਮੈਂਟ ਹੈ ਤੁਹਾਡੇ? ਐਕਸਾਈਟਮੈਂਟ ਤਾਂ ਮੈਮ ਬਹੁਤ ਹੈ, ਨਾਲ ਥੋੜ੍ਹੀ ਨਰਵਸਨੈਸ ਵੀ ਹੈ, ਕਿਉਂਕਿ ਮੈਂ ਫਸਟ ਟਾਈਮ ਇੱਦਾਂ ਦੇ ਪਲੈਟਫਾਰਮ 'ਤੇ ਆਈ ਹਾਂ ਅਤੇ ਪਹਿਲਾਂ ਕਦੀ ਏਡੇ ਵੱਡੇ ਪਲੈਟਫਾਰਮ 'ਤੇ ਨਹੀਂ ਆਈ ਹਾਂ। ਓਕੇ, ਵਿਆਹ ਤੋਂ ਬਾਅਦ ਜਿੱਦਾਂ ਕਿ ਸਾਡੇ ਸੁਪਨੇ ਪੂਰੇ ਨਹੀਂ ਹੋ ਪਾਉਂਦੇ ਖਾਸ ਕਰਕੇ ਕੁੜੀਆਂ ਦੇ, ਤੁਸੀਂ ਕਿੱਦਾਂ ਸੋਚ ਕੇ ਅੱਗੇ ਵੱਧ ਕੇ ਨਹੀਂ ਮੈਂ ਆਪਣੇ ਸੁਪਨੇ ਪੂਰੇ ਕਰਨੇ?
ਐਕਚੁਅਲੀ ਮੈਮ ਮੈਨੂੰ ਲੱਗਦਾ ਕਿ ਵਿਆਹ ਤੋਂ ਬਾਅਦ ਹੀ ਮੌਕਾ ਮਿਲਦਾ ਕਿਉਂਕਿ ਜਦੋਂ ਵਿਆਹ ਤੋਂ ਪਹਿਲਾਂ ਤਾਂ ਪੇਰੈਂਟਸ ਜਾਣ ਨਹੀਂ ਦਿੰਦੇ ਇੱਧਰ ਉੱਧਰ ਕਿ ਅਨਮੈਰਿਡ ਟਾਈਮ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਆਫਟਰ ਮੈਰਿਜ ਸਾਨੂੰ ਉਹ ਰਿਸਟ੍ਰਿਕਸ਼ਨਸ ਖਤਮ ਹੋ ਜਾਂਦੀਆਂ ਸੋ ਬਾਕੀ ਡਿਪੈਂਡ ਕਰਦਾ ਤੁਹਾਡੇ ਹਸਬੈਂਡ 'ਤੇ ਔਰ ਮੇਰੇ ਹਸਬੈਂਡ ਬਹੁਤ ਸਪੋਰਟਿਵ ਹੈ ਬਹੁਤ ਮੈਨੂੰ ਸਪੋਰਟ ਕਰਦੇ ਹਨ ਤੁਹਾਡੇ ਹਸਬੈਂਡ ਹਾਂਜੀ ਮੇਰੇ ਹਸਬੈਂਡ ਸਤਿ ਸ਼੍ਰੀ ਅਕਾਲ ਸਰ ਹਰਪ੍ਰੀਤ ਸਿੰਘ ਓਕੇ ਸਰ ਅੱਜ ਅਸੀਂ ਆਪਣੀ ਵਾਈਫ ਨੂੰ ਲੈ ਕੇ ਤੁਸੀਂ ਇੱਥੇ ਆਏ ਹੋ ਸੋ ਤੁਹਾਨੂੰ ਵੀ ਬਹੁਤ ਐਕਸਾਈਟਮੈਂਟ ਹੋਏਗੀ ਕਿ ਹਾਂ ਅੱਜ ਇਹ ਕਿਤਾਬੇ ਜਿੱਤ ਕੇ ਜਾਣਾ ਮੇਰੇ ਕੋਲੋਂ ਤਾਂ ਬਹੁਤ ਸਪੋਰਟ ਹੈ ਜਿੱਥੇ ਆਪਣੇ ਕੋਲੋਂ ਬੈਸਟ ਕਰੇ ਬਾਕੀ ਜੋ ਰਿਜ਼ਲਟ ਹੈ ਉਹ ਤਾਂ ਬਾਅਦ ਵਿੱਚ ਬਦਲ ਗਏ ਓਕੇ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਤੁਹਾਡਾ ਨਾਮ ਮੇਰਾ ਨਾਮ ਜਸਪ੍ਰੀਤ ਕੌਰ ਹੈ ਓਕੇ ਜਸਪ੍ਰੀਤ ਕੌਰ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਅਤੇ ਕੀ ਕੀ ਸੁਪਨੇ ਲੈ ਕੇ ਅੱਜ ਤੁਸੀਂ ਸਮਝਦੇ ਆ ਰਹੇ ਐਕਚੁਅਲੀ ਮੇਰੀ ਮੈਰਿਜ ਨੂੰ 17 ਸਾਲ ਹੋ ਗਏ ਆ ਅਤੇ ਮੇਰਾ ਜਿਹੜਾ ਵਿਆਹ ਤੋਂ ਪਹਿਲੇ ਦਾ ਡਰੀਮ ਸੀਗਾ ਮੈਂ ਡਾਂਸਿੰਗ ਐਕਟਿੰਗ ਸਕੂਲ ਮੈਂ ਜੁਆਇਨ ਕੀਤੀ ਹੋਈ ਸੀ ਉਹ ਛੁੱਟ ਗਿਆ ਸੀਗਾ ਵਿਆਹ ਤੋਂ ਬਾਅਦ ਓਕੇ ਅਤੇ ਹੁਣ ਮੈਂ ਇਹੀ ਸੋਚ ਕੇ ਆਈ ਹਾਂ ਕਿ ਜਦੋਂ ਮੈਂ ਉਹ ਮਿਸ ਕੀਤਾ ਹੈ ਹੁਣ ਮੈਂ ਇੱਥੇ ਆ ਕੇ ਉਹ ਪਰਫੋਰਮ ਕਰਾਂ ਬਹੁਤ ਐਕਸਾਈਟ ਹਾਂਜੀ ਬਹੁਤ ਜ਼ਿਆਦਾ ਐਕਸਾਈਟਮੈਂਟ ਠੀਕ ਹੈ ਕੀ ਤਿਆਰੀਆਂ ਕਰਕੇ ਆਈ ਮੈਮ ਤਿਆਰੀ ਤਾਂ ਆਪਣੇ ਵੱਲੋਂ ਬੁਰੀ ਹੈ ਘਰ ਵਿੱਚ ਘਰ ਨਾ ਕੋਈ ਆਇਆ ਹਾਂਜੀ ਮੇਰੇ ਮਦਰ ਆਏ ਓਕੇ ਠੀਕ ਹੈ ਅੱਜ ਤੁਹਾਡੀ ਡੋਟਰ ਇੱਥੇ ਆਈ ਸੋ ਤੁਹਾਨੂੰ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੋਏਗੀ ਅਤੇ ਨਵੀਂ ਪਰਫੋਰਮੈਂਸ ਨੂੰ ਲੈ ਕੇ ਤੁਸੀਂ ਕਿੰਨਾ ਕੁ ਸਪੋਰਟ ਕਰ ਦਿੰਦੇ ਹੋ ਜੀ ਬਹੁਤ ਸਪੋਰਟ ਕਰਦੀ ਹਾਂ ਜੋ ਅਸੀਂ ਪਹਿਲਾਂ ਨਹੀਂ ਦੱਸਾਂ ਜੀ ਹੈਗੀ ਮਤਲਬ ਕਿ ਹੋਰ ਵੀ ਅਗਰ ਇਹ ਤੋਂ ਜਿੱਤ ਜਾਂਦੇ ਨੇ ਤਾਂ ਫਿਰ ਤੁਹਾਨੂੰ ਉਹਦੀ ਕਿੰਨੀ ਕੁ ਖੁਸ਼ੀ ਹੋਈ ਮੈਨੂੰ ਬਹੁਤ ਖੁਸ਼ੀ ਹੋਏਗੀ ਜੀ ਹਾਂਜੀ ਇੱਧਰ ਪਲੇਟਮ ਫੋਰਮ ਜਿਹੜੇ ਹੈ ਹੋਣੇ ਚਾਹੀਦੇ ਆਪਣੇ ਬੱਚੇ ਨੂੰ ਇਸ ਪਲੇਟਫਾਰਮ 'ਤੇ ਦੇਖਣਾ ਤੁਹਾਡੇ ਸੁਪਨਾ ਪੂਰਾ ਹੋਏ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਕਿਹਦੇ ਨਾਲ ਇੱਥੇ ਆਏ ਹੋ ਆਪਣੇ ਮਾਸਟਰ ਲੈ ਕੇ ਓਕੇ ਤੁਹਾਡੇ ਮਾਸਟਰ ਪਰਫੋਰਮ ਕਰ ਰਹੇ ਨੇ ਓਕੇ ਠੀਕ ਹੈ ਅਤੇ ਤੁਸੀਂ ਉਹਨਾਂ ਨੂੰ ਜ਼ਰੂਰ ਜਿੱਦਾਂ ਦੇਖਣਾ ਚਾਹੁੰਦੇ ਹੋ ਨਾ ਸੋ ਮੇਰੀ ਇਨਵੀਟੇਸ਼ਨ ਅਜੇ ਮੈਂ ਚਾਹੁੰਦੀ ਹਾਂ ਜਿੱਦਾਂ ਉਹਨਾਂ ਤੋਂ ਅਤੇ ਤੁਹਾਡੀ ਮਾਸੀ ਕੋਲੋਂ ਤੁਹਾਨੂੰ ਤਾਂ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਸ਼ੇਅਰ ਕਰੋ ਸਪੋਜ਼ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦੇ ਨੇ ਡਾਂਸ ਮਿਊਜ਼ਿਕ ਦਾ ਔਰ ਇੰਗਲਿਸ਼ ਵਿੱਚ ਵੀ ਸਾਡੀ ਪੜ੍ਹਾਈ ਵਿੱਚ ਵੀ ਸਾਰੇ ਕੰਮਾਂ ਵਿੱਚ ਮਦਦ ਕਰਦੇ ਨੇ ਠੀਕ ਹੈ ਸੋ ਅਗਰ ਤੁਹਾਡੀ ਮਾਸੀ ਅੱਗੇ ਚਲੀ ਜਾਂਦੀ ਤਾਂ ਕਿੱਦਾਂ ਕੀ ਫੀਲ ਹੋਏਗਾ ਮੈਂ ਬਹੁਤ ਐਕਸਾਈਟਿਡ ਹੋਵਾਂਗੀ ਅਤੇ ਤੁਸੀਂ ਸਾਰਿਆਂ ਨੂੰ ਦੱਸਾਂਗੇ ਕਿ ਮੇਰੀ ਮਾਸੀ ਜਿੱਤ ਕੇ ਆਈ ਠੀਕ ਹੈ ਕਾਫੀ ਐਕਸਾਈਟਮੈਂਟ ਹੈ ਨਾ ਉਹਨਾਂ ਦੀ ਜਿੱਤ ਸਾਡੇ ਨਾਲ ਦੀਪਜੋਤ ਕੌਰ ਜੋ ਜਿਨ੍ਹਾਂ ਨੇ ਪਿਛਲੀ ਵਾਰ ਮਿਸਿਸ ਜਲੰਧਰ ਦਾ ਖਿਤਾਬ ਜਿੱਤਿਆ 2018 ਦੇ ਵਿੱਚ ਅਤੇ ਉਹ ਇੱਕ ਫੈਸ਼ਨ ਆਈਕਨ ਵੀ ਨੇ ਅਤੇ ਚਲੋ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਸੀਂ ਪਿਛਲੀ ਵਾਰ ਜੋ ਕਿ ਇਹ ਖਿਤਾਬ ਜਿੱਤ ਚੁੱਕੇ ਹੋ ਮਿਸਿਸ ਜਲੰਧਰ ਦੇ ਖਿਤਾਬ ਦੇ ਇਸ ਵਾਰ ਤੁਸੀਂ ਐਜ਼ ਅ ਜੱਜ ਇੱਥੇ ਆ ਕੇ ਸਾਨੂੰ ਕੀ ਫੀਲ ਹੋਇਆ ਸਟੇਜ 'ਤੇ ਉਸ ਤਰ੍ਹਾਂ ਫੋਨ 'ਚ ਅਤੇ ਇਸ ਤਰ੍ਹਾਂ ਫੋਨ 'ਚ ਨਾ ਬਹੁਤ ਡਿਫਰੈਂਸ ਹੈ ਇਸ ਟਾਈਮ ਬਹੁਤ ਅੱਛਾ ਫੀਲ ਹੋ ਰਿਹਾ ਅਤੇ ਜਿੰਨੇ ਵੀ ਇੱਥੇ ਸਾਰੇ ਕੰਟੈਸਟੈਂਟਸ ਹੈ ਨਾ ਮੈਂ ਉਹਨਾਂ ਨੂੰ ਇਹੀ ਸਲਾਹ ਦੇਣਾ ਚਾਹੂੰਗੀ ਕਿ ਜੋ ਤੁਸੀਂ ਹੋ ਨਾ ਉਹ ਰਹੋ ਜਦੋਂ ਅਸੀਂ ਕਿਸੇ ਨੂੰ ਕਾਪੀ ਕਰਦੇ ਹਾਂ ਨਾ ਤਾਂ ਅਸੀਂ ਆਪਣੀ ਆਈਡੈਂਟੀ ਵੀ ਖੋ ਦਿੰਦੇ ਹਾਂ ਮੈਂ ਜੋ ਸੀਗੀ ਮੈਂ ਉਸੇ ਤਰ੍ਹਾਂ ਆਪਣੇ ਆਪ ਨੂੰ ਪ੍ਰਜੈਂਟ ਕੀਤਾ ਅਤੇ ਮੈਨੂੰ ਇਹ ਟਾਈਟਲ ਮਿਲਿਆ ਅਤੇ ਦੇਖੋ ਅੱਜ ਮੈਂ ਜੱਜ ਬਣ ਕੇ ਆਇਆ ਮਿਸਿਸ ਜਲੰਧਰ 2019 ਸਿਲੈਕਟ ਕਰਨ ਜਦੋਂ ਤੁਸੀਂ ਇੱਥੇ ਐਜ਼ ਅ ਕੰਟੈਸਟੈਂਟ ਆਏ ਸੀ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਸੀ ਜ਼ਿਆਦਾ ਤਾਂ ਨਹੀਂ ਕਿਉਂਕਿ ਜਿਹੜੇ ਮਿਸਿਸ ਪੰਜਾਬ ਦੇ 9 to 9 ਐਂਟਰਟੇਨਮੈਂਟ ਦੇ ਜਿਹੜੇ ਜੱਜਿਸ ਹੈ ਨਾ ਤਾਂ ਜੋ ਡਾਇਰੈਕਟਰ ਹੈ ਉਹ ਬਹੁਤ ਹੀ ਵਾਰਮ ਹੈ ਉਹਨਾਂ 'ਚ ਵਾਰਮ ਬਹੁਤ ਹੈ ਤੁਹਾਨੂੰ ਲੈ ਕੇ ਇੰਨੀ ਪ੍ਰੋਬਲਮ ਨਹੀਂ ਫੇਸ ਕਰਨੀ ਪਈ ਸੀ ਹਾਂ ਬਟ ਜੱਜਿਸ ਕੀ ਕੁਐਸਚਨਸ ਕਰਨਗੇ ਜਿਸਦਾ ਡਰ ਜ਼ਰੂਰ ਸੀ ਔਰ ਫਿਰ ਜਦ ਤੁਸੀਂ ਜਿੱਤਦੇ ਗਏ ਤੁਹਾਡੀ ਜੋ ਫੈਮਿਲੀ ਸੀ ਉਹਨਾਂ ਨੇ ਸਪੋਰਟ ਕੀਤਾ ਪੂਰਾ ਮੇਰੇ ਹਸਬੈਂਡ ਪਹਿਲੇ ਥੋੜ੍ਹਾ ਪ੍ਰੋਟੈਸਟ ਕਰ ਰਹੇ ਸੀਗੇ ਨਹੀਂ ਜਾਣਾ ਅਤੇ ਮੇਰੇ ਫਾਦਰ ਇਨ ਲਾਅ ਮਦਰ ਇਨ ਲਾਅ ਨੇ ਉਹਨਾਂ ਨੂੰ ਐਨਕਰੇਜ ਕੀਤਾ ਕਿ ਮੈਨੂੰ ਭੇਜਿਆ ਜਾਏ ਅਤੇ ਮੇਰੀ ਮੰਮਾ ਮੇਰੇ ਮਦਰ ਇਨ ਲਾਅ ਭਾਬੀ ਸਾਰੇ ਨਾਲ ਆਏ ਸੀ ਅਤੇ ਜਦੋਂ ਉਹਨਾਂ ਨੇ ਅਨਾਊਂਸ ਕੀਤਾ ਦਿਪਜੋਤ ਕੌਰ ਮਿਸਿਸ ਜਲੰਧਰ 2018 ਅਤੇ ਮੇਰੀਆਂ ਅੱਖਾਂ ਭਰ ਆਈਆਂ ਸੀਗੀਆਂ ਸਟੇਜ ਉੱਪਰ ਹੀ ਬਹੁਤ ਹੀ ਅੱਛੀ ਫੀਲਿੰਗ ਸੀਗੀ ਜੋ ਹਾਲੇ ਤੱਕ ਬਰਕਰਾਰ ਹੈ ਇਸ ਟਾਈਮ ਉਹੀ ਆ ਰਹੀ ਹੈ ਦੁਬਾਰਾ ਤੋਂ ਹਾਂ ਹਾਂ ਜਦੋਂ ਮੈਨੂੰ ਕਰਾਊਡ ਪਾਇਆ ਗਿਆ ਨਾ ਉਦੋਂ ਆ ਗਏ ਸੀਗੇ ਫਿਰ ਸੋ ਇਹ ਸਨ ਦਿਪਜੋਤ ਕੌਰ ਮਿਸਿਸ ਜਲੰਧਰ 2018 ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਪੂਰੀ ਤਿਆਰੀ ਦੇ ਨਾਲ ਆਈਆਂ ਹੋਈਆਂ ਠੀਕ ਹੈ ਤੋ ਕੀ ਲੱਗ ਰਿਹਾ ਤੁਹਾਨੂੰ ਤੁਸੀਂ ਇੱਕ ਅੱਜ ਖਿਤਾਬ ਲੈ ਕੇ ਜਾ ਰਹੇ ਹੋ ਹਾਂਜੀ ਮੇਰੇ 'ਚ ਕੌਨਫੀਡੈਂਸ ਹੈ ਮੇਰੇ 'ਚ ਡਿਟਰਮੀਨੇਸ਼ਨ ਹੈ ਮੈਂ ਪੂਰੀ ਤਿਆਰੀ ਕਰਕੇ ਆਈ ਹਾਂ ਕੀ ਤਿਆਰੀ ਕਰਕੇ ਆਈ ਮੈਂ ਆਪਣੇ ਪੰਜਾਬੀ ਕਲਚਰ ਬਾਰੇ ਬਹੁਤ ਕੁਝ
ਪੰਜਾਬੀ ਕਲਚਰ ਬਾਰੇ ਤੁਹਾਨੂੰ ਪੂਰੀ ਨੌਲੇਜ ਹੈ ਨਾ, ਪੂਰੀ ਨਹੀਂ ਪਰ ਥੋੜ੍ਹੀ ਬਹੁਤ ਹੋਰ ਅੱਗੇ ਜਾਣ ਦੀ ਜੋ ਕਰਦੀ ਹਾਂ ਬੇਟਾ ਜਾਣਦੇ ਹਨ। ਅੱਛਾ ਤੁਹਾਨੂੰ ਪਤਾ ਸਿੱਖਣ ਦੀਆਂ ਕੀ ਸਿੱਖਣ? ਅੱਛਾ ਸੁਹਾਗ ਕੀ ਹੁੰਦੀ? ਸੁਹਾਗ ਉਹ ਜੋ ਕੁੜੀਆਂ ਦੇ ਜਿੱਦਾਂ ਵਿਆਹ ਹੁੰਦਾ ਉਹਦੇ ਘਰ ਜੋ ਗੌਣ ਹੁੰਦੀ ਹੈ ਉਹਨੂੰ ਸੁਹਾਗ। ਠੀਕ ਹੈ, ਅਤੇ ਘੋੜੀਆਂ? ਘੋੜੀਆਂ ਜੋ ਮੁੰਡੇ ਵੱਲ ਜੋ ਕੋਈ ਸੁਹਾਗ ਸੁਣਾ ਸਕਦੇ ਹੋ ਸਾਨੂੰ? ਨੱਚ ਅੜੀਏ ਬੋਲੀ ਚੱਕ ਅੜੀਏ, ਨੀ ਤੂੰ ਨੱਚ ਅੜੀਏ ਬੋਲੀ ਚੱਕ ਅੜੀਏ, ਨੀ ਤੂੰ ਅੱਗ ਦੇ ਪੱਪੂ ਕੇ ਵਾਂਗੂ ਨੱਚ ਅੜੀਏ, ਨੀ ਤੂੰ ਅੱਗ ਦੇ ਪੱਪੂ ਕੇ ਵਾਂਗੂ ਨੱਚ ਅੜੀਏ। ਅੱਗੇ ਆਉਣ ਦਾ ਆਪਣਾ ਹਿਡਨ ਟੈਲੈਂਟ ਸ਼ੋਅ ਕਰਨੇ ਦਾ। ਥੈਂਕ ਯੂ, ਥੈਂਕ ਯੂ ਸੋ ਮਚ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਕੌਰ, ਮੇਰੀ ਮੈਰਿਜ ਨੂੰ 16 ਸਾਲ ਹੋ ਗਏ ਆ, ਮੇਰਾ ਇੱਕ ਬੇਟਾ ਆ, ਮੈਂ ਹਾਊਸ ਕੁਈਨ ਹਾਂ, ਕੁਕਿੰਗ ਅਤੇ ਡਾਂਸਿੰਗ ਦਾ ਮੈਨੂੰ ਬਹੁਤ ਸ਼ੌਕ ਹੈਗਾ ਆ, ਅਤੇ ਮੈਂ ਪਰਮਿੰਦਰ ਸਰ ਅਤੇ 99 ਐਂਟਰਟੇਨਮੈਂਟ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਲੇਡੀਜ਼ ਨੂੰ ਇਹ ਵਾਲਾ ਪਲੈਟਫਾਰਮ ਪ੍ਰੋਵਾਈਡ ਕਰਵਾਇਆ ਹੈਗਾ, ਅਤੇ ਮੈਂ ਇੱਥੇ ਆਪਣੇ ਆਪ ਨੂੰ ਪ੍ਰੈਜੈਂਟ ਕਰਵਾਇਆ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਨੀਤੂ ਸ਼ਰਮਾ, ਮੈਂ ਜਲੰਧਰ ਦੀ ਰਹਿਣ ਵਾਲੀ ਹਾਂ, ਵਿਆਹ ਮੇਰਾ ਫਤਿਹਗੜ੍ਹ ਸਾਹਿਬ ਹੋਇਆ, ਮੈਂ ਫਤਿਹਗੜ੍ਹ ਤੋਂ ਇੱਥੇ ਆਡੀਸ਼ਨ ਦੇਣ ਆਈ ਹਾਂ, ਅਤੇ ਮੇਰੇ 3 ਬੱਚੇ ਨੇ ਔਰ ਮੇਰੀ ਪਲੈਟਫਾਰਮ ਵਾਲੇ ਉਹਨਾਂ ਨੇ ਲਿਖਿਆ, ਮੈਨੂੰ ਬਹੁਤ ਅੱਛਾ ਲੱਗਿਆ। ਮੈਂ 99 ਐਂਟਰਟੇਨਮੈਂਟ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਮੰਨਦੀ ਹਾਂ ਕਿ ਉਹਨਾਂ ਨੇ ਇਹ ਪਲੈਟਫਾਰਮ ਲੇਡੀਜ਼ ਨੂੰ ਦਿੱਤਾ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕੇ। ਥੈਂਕ ਯੂ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਪਰਮਵੀਰ ਕੌਰ ਹੈ ਔਰ ਮੈਂ ਰੋਪੜ ਤੋਂ ਆਈ ਹਾਂ। ਮੇਰਾ ਜਨਮ ਜਲੰਧਰ ਸ਼ਹਿਰ ਦੇ ਵਿੱਚ ਹੀ ਹੋਇਆ, ਜੰਮੀ ਪਲੀ ਮੈਂ ਜਲੰਧਰ ਦੇ ਵਿੱਚ ਹੀ ਹਾਂ, ਲੇਕਿਨ ਜਿਹੜੀ ਮੇਰੀ ਮੈਰਿਜ ਹੈ ਉਹ ਰੋਪੜ ਦੇ ਵਿੱਚ ਹੋਈ ਹੈ। ਅਤੇ ਮੈਨੂੰ ਪਰਸੋਂ ਹੀ ਪਤਾ ਚੱਲਿਆ ਕਿ ਵੀ 9 to 9 ਐਂਟਰਟੇਨਮੈਂਟਸ ਵੱਲੋਂ ਪਰਮਿੰਦਰ ਸਰ ਵੱਲੋਂ ਇੱਥੇ ਇੱਕ ਮੰਚ ਪ੍ਰੋਵਾਈਡ ਕੀਤਾ ਜਾ ਰਿਹਾ ਵੂਮੈਨਸ ਨੂੰ, ਮੈਰਿਡ ਵੂਮੈਨਸ ਨੂੰ। ਅਤੇ ਮੈਂ ਉਹ ਵੀ ਮੈਨੂੰ ਜਿਹੜੀ ਨਿਊਜ਼ ਮਿਲੀ ਹੈ ਉਹ USA ਮੇਰੀ ਭਾਬੀ ਹੈ, ਉਹਨਾਂ ਨੇ ਮੈਨੂੰ ਦੱਸਿਆ, ਅਤੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਆਪਣੇ ਪੰਜਾਬ ਤੋਂ ਬਾਹਰ ਵੀ ਇਹ ਖਬਰ ਜਾਂਦੀ ਹੈ। ਸਾਰਿਆਂ ਨੂੰ ਪਤਾ ਚੱਲਦਾ ਫੋਰਨ ਦੇ ਵਿੱਚ ਵੀ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਵੈਲਿਊ ਦਿੱਤੀ ਜਾ ਰਹੀ ਹੈ ਲੇਡੀਜ਼ ਨੂੰ, ਜੋ ਕਿ ਪਹਿਲਾਂ ਕੁਝ ਪਹਿਲਾਂ ਸਮੇਂ ਤੋਂ ਨਹੀਂ ਸੀਗੀ। ਸੋ ਮੈਂ ਬਹੁਤ ਜ਼ਿਆਦਾ ਥੈਂਕਫੁੱਲ ਹਾਂ 9 to 9 ਐਂਟਰਟੇਨਮੈਂਟਸ ਦਾ ਔਰ ਪਰਮਿੰਦਰ ਸਰ ਦਾ, ਜਿਨ੍ਹਾਂ ਨੇ ਸਾਨੂੰ ਇਹ ਮੰਚ ਪ੍ਰੋਵਾਈਡ ਕੀਤਾ ਅਤੇ ਆਪਣੇ ਟੈਲੈਂਟ ਨੂੰ ਸ਼ੋਅ ਕਰਨ ਦਾ ਮੌਕਾ ਦਿੱਤਾ। ਥੈਂਕ ਯੂ ਸੋ ਮੱਚ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਮੇਰਾ ਨਾਮ ਸ਼ਰੀ, ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੇ ਹਸਬੈਂਡ ਔਰ ਆਪਣੇ ਮਦਰ ਨਾਲ ਇੱਥੇ ਆਈ ਹਾਂ। ਮੇਰੀ ਫੈਮਿਲੀ 'ਚ ਮੇਰੇ ਹਸਬੈਂਡ, ਫਾਦਰ ਇਨ ਲੋ, ਮੇਰੇ ਮਦਰ ਇਨ ਲੋ ਔਰ ਮੈਂ, ਅਸੀਂ 4 ਜਣੇ ਰਹਿੰਦੇ ਹਾਂ। ਔਰ ਮੈਂ 9 to 9 ਐਂਟਰਟੇਨਮੈਂਟ ਦਾ ਬਹੁਤ ਥੈਂਕਫੁੱਲ ਹਾਂ ਕਿ ਉਹਨਾਂ ਨੇ ਮੈਰਿਡ ਵੂਮੈਨ ਨੂੰ ਇੰਨਾ ਵਧੀਆ ਪਲੈਟਫਾਰਮ ਦਿੱਤਾ, ਉਹਨਾਂ ਨੂੰ ਆਪਣਾ ਹਿਡਨ ਟੈਲੈਂਟ ਸ਼ੋ ਕਰਨ ਦਾ ਦਿੱਤਾ ਮੌਕਾ ਦਿੱਤਾ। ਔਰ ਮੈਂ ਪਰਮਿੰਦਰ ਸਰ ਦਾ ਵੀ ਬਹੁਤ ਥੈਂਕ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਪ੍ਰੀਤ ਹੈ, ਮੈਂ ਵੂਮੈਨਸ ਕਾਲਜ ਆਫ ਐਜੂਕੇਸ਼ਨ ਦੀ ਪ੍ਰੋਫੈਸਰ ਹਾਂ। ਮੈਂ ਆਪਣੇ ਪਰਿਵਾਰ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਪੇਕੇ ਪਰਿਵਾਰ ਵਿੱਚ ਮੈਂ ਆਪਣੇ ਮਾਂ ਪਿਓ ਦੀ ਲਾਡਲੀ ਅਤੇ 3 ਭੈਣ ਭਰਾਵਾਂ 'ਚੋਂ ਸਭ ਤੋਂ ਵੱਡੀ ਹਾਂ। ਅਤੇ ਸਹੁਰੇ ਪਰਿਵਾਰ ਵਿੱਚ ਮੇਰੀ ਮਾਂ ਪਿਓ ਸਮਾਨ ਸੱਸ ਸਹੁਰਾ ਅਤੇ ਮੇਰੇ 2 ਪੁੱਤਰ ਹਨ, ਅਤੇ ਮੇਰੇ ਪਤੀ ਜੋ ਹਮੇਸ਼ਾ ਮੇਰਾ ਸਾਥ ਦਿੰਦੇ ਨੇ, ਅਤੇ ਉਹੀ ਮੈਨੂੰ ਅੱਜ ਇੱਥੇ ਲਿਆਉਣ ਲਈ ਉਹਨਾਂ ਨੇ ਪ੍ਰੇਰਿਤ ਕੀਤਾ। ਅਤੇ ਮੈਂ ਇਹਨਾਂ ਸਾਰਿਆਂ ਦਾ, ਸਾਰੇ ਜੱਜਸ ਦਾ, ਸਾਰੇ ਆਰਗਨਾਈਜ਼ਰਸ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਐਡਾ ਵੱਡਾ ਪਲੈਟਫਾਰਮ ਸਾਨੂੰ ਦਿੱਤਾ ਹੈ, ਅਤੇ ਸਾਨੂੰ ਔਰਤਾਂ ਨੂੰ, ਜਿਹੜੇ ਅਸੀਂ ਸੋਚ ਸਕਦੀਆਂ ਸੀਗੀਆਂ ਕਿ ਵਿਆਹ ਤੋਂ ਬਾਅਦ ਅਸੀਂ ਕੁਛ ਨਹੀਂ ਕਰ ਸਕਦੀਆਂ, ਬਟ ਇਹਨਾਂ ਨੇ ਸਾਨੂੰ ਬਹੁਤ ਅੱਛਾ ਇੱਕ ਪਲੈਟਫਾਰਮ ਦਿੱਤਾ ਅਤੇ ਅਸੀਂ ਇੱਥੇ ਤੱਕ ਪਹੁੰਚੇ। ਬਹੁਤ ਬਹੁਤ ਧੰਨਵਾਦ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਮਿਸਿਸ ਈਸ਼ਾ ਅਨੂਪ ਸਿੰਘ, ਮੇਰੀ ਏਜ 32 ਹੈ ਐਂਡ ਮੇਰੀ ਪਿਆਰੀ ਜੀ 8 ਸਾਲ ਦੀ ਬੇਟੀ ਹੈ। ਮੈਂ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ ਬੇਸਿਕਲੀ, ਬਟ ਮੈਂ 3 ਸਾਲ ਤੋਂ ਜਲੰਧਰ ਸੈਟਲ ਹਾਂ। ਐਂਡ ਥੈਂਕ ਯੂ ਫੋਰ ਪਰਮਿੰਦਰ ਸਿੰਘ ਜੀ ਦਾ, ਥੈਂਕ ਯੂ ਸੋ ਮੱਚ ਕਿ 9 to 9 ਐਂਟਰਟੇਨਮੈਂਟ ਦੇ ਵਿੱਚ ਸਾਨੂੰ ਇੱਕ ਮੰਚ ਮਿਲ ਰਿਹਾ। ਫਸਟ ਮੰਚ ਹੈ ਮੇਰਾ, ਬਟ ਦੇਖੋ ਐਕਸਪੀਰੀਅੰਸ ਕੈਸਾ ਰਹਿੰਦਾ। ਐਂਡ ਆਈ ਐਮ ਵੈਰੀ ਹੈਪੀ ਐਂਡ ਵੈਰੀ ਐਕਸਾਈਟਿਡ। ਥੈਂਕ ਯੂ ਸੋ ਮੱਚ। ਮੈਨੂੰ ਮਾਨ ਪੰਜਾਬਣ ਹੋਣ ਦਾ, ਸੂਟ ਨਾਲ ਹੈ ਮੇਰੀ ਵੱਖਰੀ ਪਹਿਚਾਣ, ਮੈਂ 2 ਪੈਰ ਘੱਟ ਟੁਰਦੀ ਪਰ ਟੁਰਦੀ ਮਨੱਖ ਦੇ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਰੁਚੀ ਬੇਦੀ ਹੈ ਅਤੇ ਮੈਂ ਜਿਨ੍ਹਾਂ ਨਾਲ ਵਿਆਹੀ ਹੋਈ ਹਾਂ ਉਹਨਾਂ ਦਾ ਨਾਮ ਸਰਦਾਰ ਜਸਨੀਤ ਸਿੰਘ ਹੈ। ਸਾਡੇ ਵਿਆਹ ਨੂੰ 12 ਸਾਲ ਹੋ ਗਏ ਹੈ ਅਤੇ 2 ਬੱਚੇ ਹੈ ਮੇਰੇ, ਮੇਰੀ ਬੇਟੀ 11 ਸਾਲ ਦੀ ਹੈ ਅਤੇ ਬੇਟਾ 5 ਸਾਲ ਦਾ। ਮੈਂ ਅੱਜ 9 to 9 ਐਂਟਰਟੇਨਮੈਂਟ ਦੀ ਬਹੁਤ ਥੈਂਕਫੁੱਲ ਹਾਂ ਸਰਦਾਰ ਪਰਮਿੰਦਰ ਸਿੰਘ ਜੀ ਨੂੰ, ਧੰਨਵਾਦ ਬੋਲਣਾ ਚਾਹੂੰਗੀ ਜਿਨ੍ਹਾਂ ਨੇ ਵਿਆਹੀ ਹੋਈ ਕੁੜੀਆਂ ਨੂੰ ਇੱਥੇ ਆਉਣ ਦਾ, ਆਪਣਾ ਟੈਲੈਂਟ ਦਿਖਾਉਣ ਦਾ ਪਲੈਟਫਾਰਮ ਕੀਤਾ ਹੈ। ਅਤੇ ਮੈਂ ਸਭ ਨੂੰ ਇੰਸਪਾਇਰ ਕਰਨਾ ਚਾਹੂੰਗੀ ਜਿਹੜੀ ਘਰ ਬੈਠੀਆਂ ਨੇ, ਕਿ ਉਹ ਵੀ ਇੱਥੇ ਆਉਣ, ਆਪਣਾ ਟੈਲੈਂਟ ਦਿਖਾਉਣ ਕੌਨਫੀਡੈਂਸ ਨਾਲ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਗੁਰਪਿੰਦਰ ਕੌਰ ਹੈ ਅਤੇ ਮੈਂ ਆਪ ਸਭ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਮੈਰਿਡ ਵੂਮੈਨ ਨੂੰ ਇੱਕ ਬਹੁਤ ਵੱਡਾ ਪਲੇਟਫਾਰਮ ਪ੍ਰਦਾਨ ਕੀਤਾ, ਜਿਹਦੇ ਥਰੂ ਕਿ ਅਸੀਂ ਆਪਣੇ ਦੱਬੇ ਹੋਏ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ, ਇੱਕ ਵਾਰ ਦੁਬਾਰਾ ਤੋਂ ਆਪਣੀ ਉਸ ਜ਼ਿੰਦਗੀ ਨੂੰ ਜੀ ਸਕਦੇ ਹਾਂ ਜਿਹਦੇ ਬਾਰੇ ਅਸੀਂ ਪਹਿਲਾਂ ਸੋਚਿਆ ਸੀ। ਅਤੇ ਮੈਂ ਮਾਛਵਾੜਾ ਸਾਹਿਬ ਦੀ ਰਹਿਣ ਵਾਲੀ ਸੀ ਅਤੇ ਮੇਰੀ ਮੈਰਿਜ ਜਲੰਧਰ ਹੋਈ। ਮੇਰੇ ਹਸਬੈਂਡ ਦਾ ਨਾਮ ਸਰਬਜੀਤ ਸਿੰਘ ਅਤੇ ਮੇਰੀ ਮੈਰਿਜ ਨੂੰ 3 ਈਅਰਸ ਹੋ ਚੁੱਕੇ ਹੈ, 23 ਈਅਰ ਮੇਰੀ ਏਜ ਆ ਅਤੇ 3 ਸਾਲ ਦਾ ਬੇਬੀ ਆ। 2014 'ਚ ਮੈਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਡਿਪਲੋਮਾ ਕੰਪਲੀਟ ਕੀਤਾ ਸੀ।
ਅਤੇ ਮੇਰੀਆਂ ਹੋਬੀਜ਼ ਡਾਂਸ, ਕਰਾਫਟਿੰਗ, ਆਰਟ, ਐਵਰੀਥਿੰਗ, ਮੈਨੂੰ ਇਹ ਸਭ ਬਹੁਤ ਪਸੰਦ ਆ ਅਤੇ ਇਸ ਪਲੇਟਫਾਰਮ 'ਤੇ ਆਉਣਾ ਮੇਰੇ ਲਈ ਇੱਕ ਸੁਪਨਾ ਸਾਕਾਰ ਕਰਨ ਜਿੰਨੀ ਵੱਡੀ ਗੱਲ ਆ। ਅਤੇ ਮੈਂ 9to9 ਐਂਟਰਟੇਨਮੈਂਟ ਟੀਮ ਨੂੰ ਅਤੇ ਪਰਮਿੰਦਰ ਸਰ ਨੂੰ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਜਵਿੰਦਰ ਕੌਰ ਹੈ। ਮੈਂ ਕਪੂਰਥਲਾ ਡਿਸਟ੍ਰਿਕਟ, ਇੱਕ ਛੋਟੇ ਜਿਹੇ ਪਿੰਡ ਰਾਏਪੁਰ ਰਾਈਆਂ ਦੀ ਰਹਿਣ ਵਾਲੀ ਹਾਂ। ਮੇਰੇ ਹਸਬੈਂਡ ਦਾ ਨਾਮ ਗੁਰਪ੍ਰੀਤ ਸਿੰਘ ਹੈ। ਮੇਰਾ ਇੱਕ ਛੋਟਾ ਜਿਹਾ 3 ਸਾਲ ਦਾ ਬੇਟਾ ਹੈ ਗੁਰਰਾਜ ਸਿੰਘ। ਮੇਰੇ ਹਸਬੈਂਡ ਬਿਜ਼ਨਸ ਕਰਦੇ ਨੇ, ਮੇਰਾ ਪ੍ਰੋਫੈਸ਼ਨ ਟੀਚਿੰਗ ਹੈ। ਮੇਰੀ ਹੋਬੀਜ਼ ਨੇ ਡਾਂਸਿੰਗ, ਸਿੰਗਿੰਗ ਅਤੇ ਕਦੀ ਕਦੀ ਥੋੜ੍ਹਾ ਥੋੜ੍ਹਾ ਲਿਖ ਵੀ ਲੈਂਦੀ ਹਾਂ। ਅਤੇ ਮੈਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਪਲੇਟਫਾਰਮ ਦਿੱਤਾ ਇੱਕ ਮੈਰਿਡ ਵੂਮੈਨਸ ਨੂੰ ਕਿ ਜਿਹੜੇ ਅੱਗੇ ਆ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਸੁਪਨਾ ਸਾਕਾਰ ਕਰ ਸਕਣ। ਇਸ ਕਰਕੇ ਮੈਂ 9to9 ਐਂਟਰਟੇਨਮੈਂਟ ਦਾ ਪਲੱਸ ਪਰਮਿੰਦਰ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਲਾਸਟ 'ਤੇ ਇੱਕ ਗੱਲ ਉਹਨਾਂ ਲਈ ਜ਼ਰੂਰ ਕਹਾਂਗੀ, ਖੂਬ ਮੁਸਕੁਰਾਈਏ, ਦਿਲ ਖੋਲ੍ਹ ਕੇ ਹੱਸੀਏ, ਖੂਬ ਮੁਸਕੁਰਾਈਏ, ਦਿਲ ਖੋਲ੍ਹ ਕੇ ਹੱਸੀਏ, ਦਿਲ 'ਤੇ ਆਪਣੇ ਕੋਈ ਬੋਝ ਨਾ ਰੱਖੀਏ। ਯਹੀ ਉਹ ਲਮਹੇ ਹੈ, ਯਹੀ ਉਹ ਲਮਹੇ ਹੈ ਜੋ ਜ਼ਿੰਦਗੀ ਕੋ ਜ਼ਿੰਦਗੀ ਬਣਾਤੇ ਹੈ, ਵਰਨਾ ਬਾਕੀ ਵਕਤ ਤੋਂ ਮਹਿਜ਼ ਹਮ ਜ਼ਿੰਦਾ ਹੋਣੇ ਕੀ ਰਸਮੇ ਨਿਭਾਤੇ ਹੈ, ਜ਼ਿੰਦਾ ਹੋਣੇ ਕੀ ਰਸਮੇ ਨਿਭਾਤੇ। ਥੈਂਕ ਯੂ ਸੋ ਮਚ।